ਹੇਅਰ ਸਟਾਈਲ ਵਾਲਾ ਵਲੌਗ ਹੋਣ ਵਾਲਾ ਆ। ਵੈਲਕਮ ਬੈਕ ਟੂ ਆਰ ਚੈਨਲ ਗਾਈਜ਼, ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ। ਕੁਛ ਨੋਟਿਸ ਕੀਤਾ ਤੁਸੀਂ? ਹਾਂਜੀ, ਤੇ ਅੱਜ ਦਾ ਜਿਹੜਾ ਵਲੌਗ ਆ ਉਹ ਹੇਅਰ ਸਟਾਈਲ ਵਾਲਾ ਵਲੌਗ ਹੋਣ ਵਾਲਾ ਆ। ਤੇ ਤੇਲ ਲਾਇਆ ਵਾ, ਥੋੜ੍ਹੇ ਵਾਲ ਵੋਸ਼ ਕਰ ਲਈਏ ਤੇ ਫਿਰ ਚੱਲਦੇ ਆ। ਹਜੇ ਤਾਂ ਮੇਰੇ ਵਾਲ ਨਿੱਕੇ ਨੇ, ਤੇ ਪਹਿਲਾਂ ਜਦੋਂ ਦਿੱਲੀ ਰਹਿੰਦੇ ਹੁੰਦੇ ਹੁਣ ਮੇਰੇ ਵਾਲ ਹਜੇ ਵੇਖੋ ਹਜੇ ਇੱਥੋਂ ਤੱਕ ਹੋਣੇ, ਪਹਿਲਾਂ ਇੱਥੋਂ ਤੱਕ ਹੈਗੇ ਮੇਰੇ, ਐਡੇ ਵੱਡੇ ਵਾਲ ਸੀ ਤਾਂ ਹਜੇ ਤਾਂ ਨਿੱਕੇ ਆ। ਫਿਰ ਘਰ ਦੇ ਕਹਿੰਦੇ ਕਟਾਲਾ ਤੇਲ ਲਾਇਆ ਸੀ ਰਾਤੀ, ਹੁਣ ਧੋ ਕੇ ਤੇ ਫਿਰ ਚੱਲਦੇ ਹਾਂ ਵਾਲ ਕਟਾਉਣ। ਹੇਅਰ ਸਟਾਈਲ ਵਾਲਾ ਵਲੌਗ ਰਹਿਣ ਵਾਲਾ, ਤਾਂ ਵਲੌਗ ਨੂੰ ਐਂਡ ਤੱਕ ਬਿੰਦੇ ਰਹੋ ਪਲੀਜ਼। 2-3 ਮਿੰਟ ਦੀ ਵੀਡੀਓ ਜ਼ਰੂਰ ਵੇਖਿਆ ਕਰੋ। ਕਰ ਲਏ ਤੇ ਚੱਲਦੇ ਹਾਂ, ਹਾਇਆ ਭੂਸਾ ਕੱਢ ਲਈਏ। ਫਾਈਨਲੀ ਯਾਰ ਪਹੁੰਚ ਚੁੱਕੇ ਹਾਂ ਸਲੂਨ, ਤੇ ਚੱਲਦੇ ਅੰਦਰ। ਹਿਸਾਬ ਦੇ ਰੱਖਿਓ ਤੂੰ। I don't wanna say anything, 'cause if I do, I might say the wrong words. Oh no. So I'll keep my mouth shut and not listen. Afraid I'd lose you if I didn't. Till we find what we're missing and compromise. So I'll keep my shoes on and not leave it. We're on thin ice with you. Thank you.
ਓਕੇ ਵੀਰ ਜੀ, ਹੁਣ ਮੈਂ ਜਾਣ ਡਿਆ ਵਾਪਸ, ਮੈਨੂੰ ਚੇਤਾ ਭੁੱਲ ਗਿਆ ਸੀਨ ਬਣਾਉਣ ਦਾ, ਇਸ ਕਰਕੇ ਹੁਣ ਰਾਹ 'ਚ ਆਣ ਗਣ ਬਣਾਉਣ ਡਿਆ। ਸਾਲੇ ਬੜ ਗਿਆ, ਵਾਲ ਕਟਵਾ ਕੇ ਤਾਂ ਘਰ ਆ ਗਿਆ ਮੈਂ, ਅਤੇ ਕਰਦੇ ਕਹਿੰਦੇ ਕਿ ਵਾਲ ਨਹੀਂ ਸਹੀ ਕਟਾਏ, ਹੁਣ ਕੀ ਕਰ ਸਕਦੇ ਹਾਂ। ਮੈਨੂੰ ਤਾਂ ਯਾਰ, ਮੈਂ ਹੁਣ ਸ਼ੁਰੂ ਤੋਂ ਇੱਦਾਂ ਦੇ ਕਟਾਉਂਦਾ, ਹੁਣ ਜਿਨ੍ਹਾਂ ਦੇ ਵਾਲ ਆ ਉਹ ਤਾਂ ਉਹਨਾਂ ਨੂੰ ਪਤਾ ਹੁੰਦਾ ਕਿਸ ਤਰ੍ਹਾਂ ਦੇ ਕਟਾਉਣੇ ਆ, ਬਾਕੀ ਹੁਣ ਆਪਣੀ ਆਪਣੀ ਸੋਚ ਹੁੰਦੀ ਹੈ। ਬਾਕੀ ਲੋਕ ਵਧੀਆ ਲੱਗੇ ਤਾਂ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਕਿਵੇਂ ਲੱਗਾ। ਥੈਂਕਸ ਫੋਰ ਵਾਚਿੰਗ।